ਸਾਡੀ ਜੀ ਜ਼ਿੰਦਗੀ ਦਾ ਇੱਕ ਬੜਾ ਪੁਰਾਣਾ ਸੁਪਨਾ ਅੱਜ ਪੂਰਾ ਹੋਇਆ ਹੈ ਮੇਰਾ ਖਿਆਲ ਹੈ 30 35 ਸਾਲ ਤੋਂ ਮਨ ਦੇ ਵਿੱਚ ਗਿਛਾ ਸੀ ਸ੍ਰੀ ਪੈਣੀ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਔਰ ਰਹਿੰਦੇ ਵੀ ਨੇੜੇ ਆਂ ਲੰਘਦੇ ਵੀ ਕੋਲੋਂ ਰੋਜ਼ ਆਂ ਪਰ ਜਿੰਨਾ ਚਿਰ ਮਹਾਰਾਜ ਦੀ ਕਿਰਪਾ ਨਹੀਂ ਹੁੰਦੀ ਓਨਾ ਚਿਰ ਕੋਈ ਪ੍ਰਾਪਤੀ ਨਹੀਂ ਹੁੰਦੀ ਅੱਜ ਦੀ ਘੜੀ ਭਾਗਾ ਵਾਲੀ ਹੈ ਸੰਤ ਬਾਬਾ ਨਿਸ਼ਾਨ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਅੱਜ ਬਹੁਤ ਵੱਡਾ ਮਹਾਨ ਜਗ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰੱਬੀ ਅਕਾਲੀ ਬਾਣੀ ਦੇ 11000 ਸਹਿਜ ਪਾਠਾਂ ਦੇ ਭੋਗ ਪੈਣੇ ਆ। ਐਸਾ ਮਹਾਂਪੁਰਸ਼ਾਂ ਨੇ ਬਚਨ ਲਿਖਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੋ ਜੋ ਨਾ ਸੁਣਿਓ ਜਾਏ। ਕਹਦੇ ਜੇ ਸਾਰਾ ਨਾਮ ਹੀ ਸੁਣਿਆ ਜਾਏ ਆਏ ਸੁਣੈ ਭੋਗ ਕੋ ਆ ਕੇ ਭੋਗ ਦੇ ਸ਼ਲੋਕ ਹੀ ਸੁਣ ਲੈ ਉਹਦੀ ਹਾਜ਼ਰੀ ਪ੍ਰਵਾਨ ਹੋ ਜਾਂਦੀ ਤੇ ਸਾਡੀ ਅੱਜ ਹਾਜ਼ਰੀ ਲੱਗ ਗਈ ਮੈਨੂੰ ਇੰਜ ਲੱਗਦਾ ਵੀ 11000 ਪਾਠਾਂ ਦਾ ਫਲ ਸਾਨੂੰ ਮਿਲ ਗਿਆ ਐਡੀ ਵੱਡੀ ਦਾਤ ਮਿਲ ਗਈ ਹੈ ਮਹਾਂਪੁਰਸ਼ਾਂ ਨੇ ਇਸ ਧਰਤੀ ਤੇ ਤਪ ਕੀਤਾ ਜਪ ਕੀਤਾ ਸ਼ਹੀਦੀਆਂ ਪਾਈਆਂ ਕੁਰਬਾਨੀਆਂ ਕੀਤੀਆਂ ਤੇ ਜਿੱਥੇ ਸਾਧ ਸੰਗਤ ਜੀ ਮਹਾਪੁਰਸ਼ ਬਹਿ ਜਾਂਦੇ ਐ ਨਾ ਬਾਣੀ ਚ ਬੱਜਨ ਐ ਜਿੱਥੈ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਕੋਈ ਸੇਵਨ ਸਮਰੱਥ ਆਪਣਾ ਬਿਨਸੈ ਸਭ ਮੰਦਾ ਉਹ ਧਰਤੀ ਪਵਿੱਤਰ ਹੋ ਜਾਂਦੀ ਐ ਗੋਇੰਦਵਾਲ ਗੋਬਿੰਦਪੁਰੀ ਸਭ ਜਿਨਨ ਤੀਰ ਵਿਪਾਸ ਬਨਾਇਓ ਗयो ਦੁਖ ਦੂਰ ਬਰਖਣ ਕੋਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਪਹਿਲਾਂ ਭੂਤ ਪ੍ਰੇਤ ਵੱਸਦੇ ਸਨ ਗੋਂਦੇ ਖੱਤਰੀ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ ਮੇਰੀ ਨਗਰੀ 'ਚ ਭੂਤ ਪ੍ਰੇਤ ਰਹਿੰਦੇ ਮਹਾਰਾਜ ਕਹਿੰਦੇ ਗੋਂਦਿਆ ਤੂੰ ਝੂਠੀ ਸੌਂ ਪਾਈ ਹੈ ਨਾ ਇਸ ਕਰਕੇ ਤੇਰੀ ਧਰਤੀ ਤੇ ਇਹ ਰੂਹਾਂ ਮਾੜੀਆਂ ਆ ਗਈਆਂ ਨੇ ਪਰ ਤੂੰ ਹੁਣ ਗੁਰੂ ਦੀ ਸ਼ਰਨ ਆਇਆ ਨਾ じゃ ਤੇਰਾ ਬੇੜਾ ਬੰਨੇ ਲਾਵਾਂਗੇ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦੇ ਸੀ ਉਸ ਵੇਲੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਨਿਵਾੜਿਆਂ ਦੇ ਮਾੜ ਨਿਤਾਣਿਆਂ ਦੇ ਤਾਣ ਤੇ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਉਹਨਾਂ ਨੂੰ ਤੋੜਿਆ ਜਾ ਕੇ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਧਰਤੀ ਤੇ ਗੋਇੰਦਵਾਲ ਦੀ ਤੇ ਚਰਨ ਧਰਿਆ ਸਾਰੀਆਂ ਮਾੜੀਆਂ ਰੂਹਾਂ ਦੌੜ ਗਈਆਂ ਸੱਚਖੰਡ ਬਣ ਗਿਆ ਇਸ ਧਰਤੀ ਤੇ ਏਡੇ ਏਡੇ ਮਹਾਨ ਮਹਾਂਪੁਰਸ਼ ਬ੍ਰਹਮ ਗਿਆਨੀ RAM ਸੰਤ ਮੈਂ ਭੇਦ ਕਿਸ਼ਨਾਈ ਸਾਧ ਸੰਗਤ ਜੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਉਹਨਾਂ ਵਿੱਚ ਤੇ ਪਰਮੇਸ਼ਰ 'ਚ ਕੋਈ ਫਰਕ ਹੁੰਦਾ ਨਹੀਂ ਸ਼ਬਦਾਂ ਦੇ 헤ਰ ਫੇਰ ਚੱਲ ਰਹੇ ਨੇ ਸੰਸਾਰ ਦੇ ਵਿੱਚ ਪਰ ਜਿਹੜੀ ਆਤਮ ਖੇੜਾ ਉਹ ਇੱਕੋ ਹੀ ਹੈ ਜੋਤ ਉਹ ਜੁਗਤ ਸਾਇ ਸਹ ਕਾਇਆ ਫੇਰ ਪਲਟੀ ਹੈ ਉਹ ਮਹਾਪੁਰਸ਼ਾਂ ਨੇ ਆਪਣੇ ਚਰਨਾਂ ਦੀ ਛੂਹ ਦੇ ਕੇ ਲੱਖਾਂ ਸੰਗਤਾਂ ਨੂੰ ਤਾਰ ਦਿੱਤਾ ਬਾਣੀ ਨਾਲ ਜੋੜਿਆ ਸਿੱਖ ਰਾਜ ਦਾ ਸੂਰਜ ਡੁੱਬਿਆ ਆਪਣੇ ਗਦਾਰਾਂ ਨੇ ਡੋਗਰਿਆਂ ਨੇ ਗਦਾਰੀ ਕੀਤੀ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੇ ਜਥੇਦਾਰ ਸਿੰਘ ਸਾਹਿਬ ਆਪਾ ਹਨੂਮਾਨ ਸਿੰਘ ਜੀ ਅਕਾਲੀ ਜੀ ਬੈਰੀ ਨਾਲ ਲੜਦੇ ਹੋਏ ਚੰਡੀਗੜ੍ਹ ਦੇ ਲਾਗੇ ਜਾ ਕੇ ਸ਼ੀਧੀ ਪਾ ਗਏ ਤੇ ਉਸ ਵੇਲੇ ਫਿਰ ਸਾਰਾ ਪੰਥ ਖਿੰਡ ਪੁੰਡ ਗਿਆ ਨਾਮ ਧਾਰੀ ਪੰਥ ਨੇ ਬਾਗ ਡੋਰ ਸੰਭਾਲੀ ਸਿੱਖੀ ਦਾ ਪ੍ਰਚਾਰ ਬਾਬਾ ਜੀ ਨੇ ਪਿੰਡ ਪਿੰਡ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਾਣੇ ਜਾਪ ਕਰਾਣੇ ਤੇ ਖਾਲਸਾ ਫੇਰ ਪ੍ਰਗਟ ਕੀਤਾ ਤੇ ਸਾਧ ਸੰਗਤ ਜੀ ਵਿਖੜਿਆ ਸਮਿਆਂ ਵਿੱਚੋਂ ਅੰਗਰੇਜ਼ਾਂ ਨੇ ਜਿਹੜੇ ਜਿਹੜੇ ਪੁਰਾਤਨ ਸੰਨ ਨਾ ਜਿੰਨੇ ਵੀ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਿਆਰੇ ਸਿੱਖ ਸਨ ਭਵੇਂ ਉਹ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਸੀ ਤਰਨਾ ਦਲ ਸੀ ਨਿਹੰਗ ਸਿੰਘਾਂ ਦੇ ਦਲ ਸਨ ਭਵੇਂ ਉਹ ਸਤਗੁਰੂ ਨਾਨਕ ਦੇਵ ਜੀ ਦਾ ਅੰਸ਼ ਬੰਸ ਬੇਦੀ ਪਰਿਵਾਰ ਬਾਬਾ ਸਾਹਿਬ ਸਿੰਘ ਦੀ ਮਹਾਪੁਰਸ਼ਾਂ ਦੀ ਅੰਸ਼ ਬੰਸ ਉਹਨਾਂ ਸਾਹਿਬ ਦਾ ਕਿਲਾ ਤੋਪਾ ਮਾਰ ਕੇ ਢਾ ਦਿੱਤਾ ਤੇ ਖਾਲਸਾ ਜੀ ਜਿੱਥੇ ਜਿੱਥੇ ਗੁਰੂ ਕੇ ਸਿੱਖ ਰਹਿੰਦੇ ਸਾਨ ਵੱਡੇ ਵੱਡੇ ਚੌਕੀਆਂ ਬਾ ਦਿੱਤੀਆਂ ਸ਼ਕਤੀਆਂ ਕਰ ਦਿੱਤੀਆਂ ਫਾਸੀਆਂ ਤੇ ਟੰਗ ਦਿੱਤੇ ਪਰ ਗੁਰੂ ਕੇ ਸਿੱਖਾਂ ਨੇ ਸਿੱਧਕ ਨਹੀਂ ਹਾਰਿਆ ਗੁਰੂ ਨਾਨਕ ਦਾ ਝੰਡਾ ਚੁੱਕੀ ਰੱਖਿਆ ਬਾਣੀ ਦੇ ਆਸਰੇ ਨਾਮ ਦੇ ਆਸਰੇ ਗੁਰੂ ਨਾਨਕ ਸੱਚੇ ਬਾਦਸ਼ਾਹ ਦੀ ਕਿਰਪਾ ਦੇ ਆਸਰੇ ਅੱਜ ਸਾਰੀ ਦੁਨੀਆ 'ਚ ਗੁਰੂ ਨਾਨਕ ਦਾ ਝੰਡਾ ਝੂਲ ਰਿਹਾ ਹੈ ਆ ਕਰੋਨਾ ਕਾਲ ਦੇ ਵਿੱਚ ਸਾਰਿਆਂ ਦੇ ਹੱਥ ਖੜੇ ਹੋ ਗਏ ਸਰਕਾਰਾਂ ਨੇ ਜਵਾਬ ਦੇਤਾ ਹਸਪਤਾਲਾਂ ਨੇ ਜਵਾਬ ਦੇਤਾ ਪਰ ਮੇਰੇ ਗੁਰੂ ਨਾਨਕ ਦੇਵ ਘਰ ਤੋਂ ਲੰਗਰ ਘਰ ਘਰ ਪਹੁੰਚਿਆ ਤੇ ਬਿਮਾਰਾਂ ਦੀ ਦੁਖੀਆਂ ਦੀ ਬਾਹ ਫੜੀ ਗਈ ਇਹ ਵੱਡੀ ਵਿੜਾਈ ਹੈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਿੜਾਈ ਇਹ ਕਲਯੁਗ ਦਾ ਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ ਖਾਲਸਾ ਜੀ ਪਿਛਲੇ ਜੁਗਾਂ ਵਿੱਚ ਮਹਾਂਪੁਰਸ਼ ਹੋਏ ਨੇ ਸਤਜੁਗ ਤੇ ਮਾਣਿਓ ਚਲਿਓ ਬਲ ਬਾਵਨ ਪਾਇਓ ਤ੍ਰਿਤ ਤੈ ਮਾਣਿਓ ਰਾਮ ਰਗਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕਉ ਰਾਜ ਅਭੈ ਭਗਤਹਿ ਜਨਦੀਓ ਕਲਜੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਪੁਰਖ ਫਰਮਾਇਓ ਜੋ ਕਾਲ ਯੁਗ ਦੇ ਬਾਦਸ਼ਾਹ ਸਤਗੁਰੂ ਨਾਨਕ ਦੇ ਪਾਤਸ਼ਾਹ ਜੀ ਹਨ ਆਪਾਂ ਸਾਰੇ ਜਿੰਨੇ ਵੀ ਉਹਨਾਂ ਦੇ ਬਾਗ ਦੇ ਫੁੱਲਿਆਂ ਖਾਲਸਾ ਜੀ ਕੋਈ ਚਿੱਟੇ ਕਮਲ ਹਨ ਕੋਈ ਨੀਲੇ ਕਮਲ ਹਨ ਪਰ ਹੈ ਸੁਗੰਧੀ ਗੁਰੂ ਨਾਨਕ ਦੀ ਆ ਰਹੀ ਹੈ ਬਾਣੀ ਦੀ ਗੁਰ ਸ਼ਬਦ ਦੀ ਕਲਾ ਵਰਤ ਰਹੀ ਹੈ ਔਰ ਉਹਨਾਂ ਪ੍ਰਾਤਨ ਸੰਪਰਦਾਵਾਂ ਨੂੰ ਅੰਗਰੇਜ਼ਾਂ ਨੇ ਪਿੱਛੇ ਕਰਨ ਦੀ ਕੋਈ ਕਸਰ ਨਹੀਂ ਛੱਡੀ ਬਾਣੀ ਨੂੰ ਪਿੱਛੇ ਕੀਤਾ ਅਜਦੋਂ 2006 ਦੇ ਵਿੱਚ ਸਾਬ ਸ੍ਰੀ ਕਲਗੀਧਰ ਪਿਤਾ ਜੀ ਮਹਾਰਾਜ ਦੀ ਬਾਣੀ ਦੀ ਘੋਰ ਨਿੰਦਾ ਕਰਨ ਲੱਗ ਪਏ ਤੇ ਖਾਲਸੇ ਪੰਥ ਨੇ ਸਿੰਘ ਸਾਹਿਬ ਬਾਬਾ ਸੰਤਾ ਸਿੰਘ ਜੀ ਅਕਾਲੀ 96 ਕਰੋੜੀ ਮਹਾਂਪੁਰਸ਼ਾਂ ਨੇ ਗੁਰਦੁਆਰਾ ਜਫਰਨਾਮਾ ਸਾਹਿਬ ਜਿੱਥੋਂ ਜਫਰਨਾਮਾ ਲੈ ਕੇ ਔਰੰਗਜ਼ੇਬ ਨੂੰ ਮਹਾਰਾਜ ਕਲਗੀਧਰ ਪਾਦਸ਼ਾਹ ਨੇ ਨਰਕਾਂ ਨੂੰ ਭੇਜਿਆ ਸੀ ਉਸ ਸਾਗਤ ਜੀ ਜਫਰਨਾਮਾ ਸਾਹਿਬ ਦੀ ਧਰਤੀ ਤੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਾ ਮਹਾਨ ਸਮਾਗਮ ਰਚਿਆ ਗਿਆ ਤੇ ਉਸ ਵੇਲੇ ਸੰਤ ਬਾਬਾ ਨਿਸ਼ਾਨ ਸਿੰਘ ਜੀ ਨੂੰ ਮਹਾਪੁਰਸ਼ਾਂ ਨੇ ਇਥੋਂ ਪੈਣੀ ਸਾਹਿਬ ਤੋਂ ਪੰਜਾਂ ਪਿਆਰਿਆਂ ਨੂੰ ਭੇਜਿਆ ਸੀ ਦਾਸ ਨੂੰ ਅਸੀਨ ਯਾਦ ਹੈ ਕਿ ਜਦੋਂ ਨਾਮਧਾਰੀ ਸਿੰਘ ਸਟੇਜ ਤੇ ਆਏ ਤੇ ਬਾਕੀ ਖਾਲਸੇ ਦੀਆਂ ਸਾਰੀਆਂ ਸੰਪਰਦਾਵਾਂ ਦਾ ਮਨ ਖਿੜ ਗਿਆ ਕੁਝੇ ਹੋਏ ਕਿ ਆਪਸ ਵਿੱਚ ਸਾਰੇ ਆਪਾਂ ਭਰਾ ਇਕੱਠੇ ਹੋਏ ਆਂ ਭਾਵੇਂ ਸਾਨੂੰ ਨਿਖੇੜਨ ਦੇ ਯਤਨ ਬੜੇ ਹੋ ਰਹੇ ਨੇ ਪਰ ਖਾਲਸਾ ਜੀ ਹੁਣ ਨਿਖੜ ਕੇ ਬਚਾ ਨਹੀਂ ਐ ਜਦੋਂ ਮਿਸਲਾਂ ਦਾ ਸਮਾ ਸੀ ਨਾ ਵੱਡੇ ਘਾਲੂ ਘਾਰੇ ਦਾ ਉਦੋਂ ਜਥੇਦਾਰ ਚੜ੍ਹ ਸਿੰਘ ਸੂਕਰ ਚੱਕਿਆ ਸ਼ੇਰੇ ਪੰਜਾਬ ਮਹਾਰਾਜ ਰঞ্জੀਤ ਸਿੰਘ ਦਾ ਦਾਦਾ ਬੋਲਿਆ ਸੀ ਉਹ ਕਹਿੰਦੇ ਮਿਸਲ ਵਾਰ ਅਬ ਲੜਨੋ ਨਾਏ ਲਲ ਮਿਲ ਖੜਵ ਪੰਥ ਬਚਾਏ ਕਹਿੰਦੇ ਆਪਣੀਆਂ ਆਪਣੀਆਂ ਮਿਸਲਾਂ ਨਾ ਬਚਾਓ ਰਲ ਕੇ ਪੰਥ ਬਚਾ ਲਓ ਆਪਾਂ ਸਾਰੇ ਇਕੱਠੇ ਹੋ ਜਾਈਏ ਤੇ ਖਾਲਸਾ ਜੀ ਜਦੋਂ ਪੰਥ ਇਕੱਠਾ ਹੋਏਗਾ ਤੇ ਬਾਣੀ ਬਾਣੇ ਦਾ ਪ੍ਰਚਾਰ ਹੋਏਗਾ ਸਾਰੀ ਦੁਨੀਆ ਦਾ ਕਲਿਆਣ ਹੋਏਗਾ ਭਲਾ ਹੋਏਗਾ ਤਾਂ ਮਹਾਪੁਰਸ਼ਾਂ ਨੇ ਬੜਾ ਬੱਡਾ ਉਪਕਾਰ ਕੀਤਾ ਜਿਵੇਂ ਸਤਕਾਰਯੋਗ ਬਾਬਾ ਜੀ ਨਿਸ਼ਾਨ ਸਿੰਘ ਜੀ ਦੱਸ ਰਹੇ ਸਨ ਵੀ ਆਪਾਂ ਇੱਕੋ ਹੀ ਪਰਿਵਾਰ ਆ ਇੱਕ ਵਾਰੀ ਇੱਕ ਲੜਕੀ ਉਹ ਪੱਤਰਕਾਰ ਇੰਟਰਵਿਊ ਲੈਣ ਆਈ ਬਾਬਾ ਸੰਤਾ ਸਿੰਘ ਜੀ ਅਕਾਲੀ ਜੀ ਦਾ ਤੇ ਦਾਸ ਤੋਂ ਛੋਟੀ ਉਮਰ ਸੀ ਨਾਲ ਨੇੜੇ ਖੜੇ ਸਾਂ ਪਰਿਵਾਰ ਦੀ ਮੈਂ ਗੱਲ ਕਰਨ ਲੱਗਾ ਉਹ ਲੜਕੀ ਨੇ ਬੁੱਢੇ ਦਲ ਦੇ ਸਾਰੇ ਪ੍ਰੋਜੈਕਟਾਂ ਬਾਰੇ ਮਰਯਾਦਾ ਬਾਰੇ ਦਲ ਦੀ ਜੋ ਰੀਤੀ ਰਿਵਾਜ ਹੈ ਇਤਿਹਾਸ ਹੈ ਪਰੰਪਰਾ ਹੈ ਉਹਦਾ ਪੁੱਛਿਆ ਸਾਰਾ ਸਭ ਬਾਬਾ ਜੀ ਸਾਰਾ ਇਤਿਹਾਸ ਪਿੱਛੋਂ ਲੈ ਕੇ ਗੁਰੂ ਸਾਹਿਬ ਤੋਂ ਲੈ ਕੇ ਦੱਸਦੇ ਆਏ ਸਕੂਲਾਂ ਕਾਲਜਾਂ ਬਾਰੇ ਵੀ ਦੱਸਿਆ ਵੀ ਆ ਸਾਡੀਆਂ ਸੰਸਥਾਵਾਂ ਨੇ ਇਦਾਂ ਦੇ ਅਸੀਂ ਪ੍ਰਚਾਰ ਦੇ ਸਾਧਨ ਕਰਦੇ ਆ। ਉਹ ਲੜਕੀ ਨੇ ਇੱਕ ਸਵਾਲ ਪੁੱਛ ਲਿਆ ਬਾਬਾ ਜੀ ਵੀ ਤੁਹਾਡੇ ਵਿੱਚ ਜਿਹੜਾ ਕੋਈ ਤੰਤੀ ਸਾਜ਼ਾਂ ਵਾਲਾ ਕਲਾਸੀਕਲ ਕੀਰਤਨ ਹੈ ਉਹਦੀ ਵੀ ਕੋਈ ਮਰਜ਼ਾਦਾ ਹੈ ਸੰਭੀ ਹੋਈ। ਵੀ ਤੁਸੀਂ ਨੀਂਗਾ ਸਿੰਘਾ ਨੇ ਕੋਈ ਆਪਣਾ ਜਿਹੜਾ ਕਲਾਸੀਕਲ ਤੰਤੀ ਸਾਜ਼ਾਂ ਵਾਲਾ ਪ੍ਰਾਤਨ ਕੀਰਤਨ ਹੈ ਸ਼ੈਲੀ ਹੈ ਉਹ ਵੀ ਕੋਈ ਉਹਦੀ ਮਰਜ਼ਾਦਾ ਸੰਭੀ ਹੈ। ਤੇ ਬਾਬੇ ਸੰਤਾ ਸਿੰਘ ਜੀਬਾਬ ਪਤਾ ਕੀ ਦਿੱਤਾ ਕਹਿੰਦੇ ਹਾਂ ਸਾਮ ਵੀ ਹੋਈ ਹੈ ਸਾਡੇ ਇੱਕ ਸਾਡਾ ਇੱਕ ਬਹੁਤ ਵੱਡਾ ਅੰਗ ਨੇ ਨਾਮ ਧਾਰੀ ਪੰਥ ਉਹਨਾਂ ਨੇ ਇਹ ਮਰਿਆਦਾ ਸਾਮ ਵੀ ਹੋਈ ਹੈ ਆਪਾਂ ਇੱਕੋ ਹੀ ਸਮਝਣਾ ਆਪਣੇ ਆਪ ਨੂੰ ਤੇ ਤਾਂ ਸਾਡੀ ਚੜ੍ਹਦੀ ਕਲਾ ਹੋਣੀ ਹੈ ਇਹ ਗੁਰੂ ਨਾਨਕ ਦਾ ਪੰਥ ਹੈ ਸਾਰੇ ਰਲ ਬਣ ਕੇ ਬਾਣੀ ਬਾਣੇ ਦਾ ਪ੍ਰਚਾਰ ਕਰੀਏ ਤੇ ਦੇਸ਼ ਵਿਦੇਸ਼ ਸੰਸਾਰ ਅੱਜ ਮੰਗ ਰਿਹਾ ਹੈ ਯੋ ਕਿ ਦੁਨੀਆ ਤਰਾਇ ਤਰਾਇ ਕਰ ਰਹੀ ਹੈ ਦੁਨੀਆ ਬਰੂਦ ਦੇ ਢੇਰ ਤੇ ਬੈਠੀ ਹੈ ਇਸ ਵੇਲੇ ਕੁਝ ਵੀ ਹੋ ਸਕਦਾ ਕੋਈ ਪਤਾ ਨਹੀਂ ਘੜੀ ਨੂੰ ਹੋ ਜਾਏ ਪਲ ਨੂੰ ਹੋ ਜਾਏ ਘੰਟੇ ਨੂੰ ਹੋ ਜਾਏ ਮਹੀਨੇ ਨੂੰ ਹੋ ਜਾਏ ਸਾਲ ਨੂੰ ਹੋ ਜਾਏ ਸਮਾਂ ਬਹੁਤ ਭਿਆਨਕ ਨਜ਼ਰ ਆ ਰਿਹਾ ਦੁਨੀਆ ਦੇ ਸਭ ਚਿੰਤਕ ਜਿਹੜੇ ਵਿਦਵਾਨ ਲੋਕ ਸਿਆਣੇ ਲੋਕ ਸੋਚ ਰਹੇ ਨੇ ਜਿਹੜੀ ਬਾਬਾ RAM ਸਿੰਘ ਜੀ ਮਹਾਰਾਜ ਨੇ ਉਸ ਵੇਲੇ ਲਹਿਰ ਚਲਾਈ ਸੀ ਨਾ ਵੀ ਸਾਦਾ ਜੀਵਨ ਰੱਖੋ ਆਪਣੇ ਖੂ ਬਣਾਓ ਆਪਣੇ ਵਿਵੇਕ ਦਾ ਜਲ ਛਕੋ ਉਹ ਮਰਿਆਦਾ ਫੇਰ ਲਾਗੂ ਕਰਨੀ ਪੈਣੀ ਹੈ ਆਪਣੇ ਪਿੰਡਾਂ 'ਚ ਪੰਜਾਬ ਦੇ ਵਿੱਚ ਛੱਪੜ ਬੰਦ ਕਰ ਤੇ ਪੂਰ ਤੇ ਆ ਪੜ੍ਹੇ ਲਿਖੇ ਕਾਲਜਾਂ ਵਾਲਿਆਂ ਨੇ ਯੂਨੀਵਰਸਿਟੀਆਂ ਵਾਲਿਆਂ ਨੇ ਤੇ ਸਾਡੇ ਬਜ਼ੁਰਗਾਂ ਨੇ ਕਈਆਂ ਮਾਰ-ਮਾਰ ਕੇ ਹਜ਼ਾਰਾਂ ਸਾਲ ਪਹਿਲਾਂ ਉਹ ਛੱਪੜ ਪੁੱਟੇ ਸੀਗੇ ਇਹਨਾਂ ਨੇ ਬਲਡੋਜਰਾਂ ਨਾਲ ਪੂਰੇ ਤੇ ਪਾਣੀ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਮਹਾਂਪੁਰਸ਼ਾਂ ਨੇ ਉਹ ਚੀਜ਼ਾਂ ਸੰਭੀਆਂ ਤੇ ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਸਰੋਵਰ ਬਣਾ ਕੇ ਇਹ ਦੱਸਿਆ ਵੀ ਇਹ ਸਾਡਾ ਜੀਵਨ ਦਾ ਮੂਲ ਹੈ ਇਹਨਾਂ ਮੂਲ ਸਰੋਤਾਂ ਨੂੰ ਸੰਭੀਏ ਵਾਤਾਵਰਣ ਨੂੰ ਸੰਭੀਏ ਨਾਮ ਬਾਣੀ ਜਪੀਏ ਤੇ विश्व ਸ਼ਾਂਤੀ ਲਈ ਅਰਦਾਸ ਕਰੀਏ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰ ਐ ਉੱਭਰੈ ਤੇ ਤੈ ਲੈ ਉਬਾਰ ਮਹਾਰਾਜ ਸਤਿਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਆ ਖਾਲਸੇ ਦੇ ਸੰਤ ਖਾਲਸੇ ਦੇ ਦਰਸ਼ਨ ਹੋਏ ਨੇ ਸਤਕਾਰਯੋਗ ਬਾਬਾ ਜੀ ਜਸਵੀਰ ਸਿੰਘ ਜੀ ਮਹਾਂਪੁਰਸ਼ ਹੁਣੇ ਹੁਣੇ ਦੱਸ ਕੇ ਗਏ ਨੇ ਗਿਆਨੀ ਹਰਦੀਪ ਸਿੰਘ ਜੀ ਹਜੂਰ ਸਾਹਿਬ ਵਾਲੇ ਬੜੇ ਨਿਰਮਲ ਆਤਮਾ ਸਨ ਉਹਨਾਂ ਨੇ ਵੀ ਦਾਸ ਨੂੰ ਦੱਸਣਾ ਵੀ ਨਾਮ ਧਾਰੀ ਪੰਥ ਵਿੱਚ ਵਿਦਵਾਨਾਂ ਦਾ ਕਿੰਨਾ ਪਿਆਰ ਸਤਕਾਰ ਹੈ ਕਿਉਂ ਜਿੱਥੇ ਵਿਦਵਾਨਾਂ ਦੀ ਕਦਰ ਹੁੰਦੀ ਹੈ ਨਾ ਉਹ ਪੰਥ ਵੱਧਾ ਹੈ ਧਨ ਗੁਰ ਗਲਗੀਆਂ ਵਾਲੇ ਪਾਦਸ਼ਾਹ ਨੇ 52 ਕਵੀ ਦੂਰ ਦੂਰ ਤੋਂ ਬੁਲਾ ਕੇ ਆਪਣੇ ਦਰਬਾਰ ਵਿੱਚ ਸਦਮਾਨੇ ਸਨ ਉਹਨਾਂ ਦਾ ਇਨਾ ਮਾਣ ਕੀਤਾ ਹਾਥੀਆਂ ਤੇ ਬਿਠਾ ਬਿਠਾ ਕੇ ਤੋਰਿਆ ਤੇ ਧਨ ਮਾਲ ਨਾਲ ਵੀ ਲੱਦ ਦਿੱਤਾ ਤੇ ਬਖਸ਼ਿਸ਼ਾਂ ਨਾਲ ਰੋਹਾਨੀ ਕਿਰਪਾ ਵੀ ਕਰ ਦਿੱਤੀ ਲੋਕ ਵੀ ਸਵਾਰ ਦਿੱਤਾ ਪਰ ਲੋਕ ਵੀ ਸਵਾਰ ਦਿੱਤਾ ਸ੍ਰੀ ਸਤਗੁਰੂ ਗਲਗੀਦਰ ਪਾਦਸ਼ਾਹ ਜੀ ਦੇ ਇਸ ਸਾਰੇ ਖਾਲਸੇ ਪੰਥ ਤੇ ਕਲਗੀਆਂ ਵਾਲਾ ਫਿਰ ਕਿਰਪਾ ਕਰੇ ਸਾਡੀ ਜਿਹੜੀ ਆਪਸੀ ਸਾਂਝ ਹੈ ਉਹ ਬਣੇ ਤੇ ਬਾਣੀ ਬਾਣੇ ਦਾ ਆਦ 10 ਦੀ ਬਾਣੀ ਦਾ ਪ੍ਰਚਾਰ ਹੋਵੇ ਇਤਿਹਾਸ ਦਾ ਪ੍ਰਚਾਰ ਹੋਵੇ ਆਉਣ ਵਾਲਾ ਸਾਲ 2025 ਖਾਲਸਾ ਜੀ ਜਿਹੜਾ ਚੜ ਰਿਹਾ ਹੈ ਇੱਕ ਬਹੁਤ ਵੱਡਾ ਪਵਿੱਤਰ ਦਿਹਾੜਾ ਆਉਣਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਦਿਹਾੜਾ ਆ ਰਿਹਾ ਜੀ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਬਡੋ ਕਲੂ ਮਹਿਸਾਕਾ ਧਰਮ ਹੇਤ ਸਾਕਾ ਜਿਨ ਕੀਆ ਸਿਸ ਦਿਆ ਪਰ ਸਿਰ ਨਾਂ ਦਿਆ ਗੁਰਦੇਵ ਦਾ ਸ਼ਹੀਦੀ ਦਿਹਾੜਾ ਆਪਾਂ ਸਾਰਿਆਂ ਨੇ ਰਲ ਕੇ ਮਨਾਣਾ ਸਾਰੇ ਘਰ ਘਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜ੍ਹੀਏ ਉਹਨਾਂ ਦਾ ਇਤਿਹਾਸ ਸੁਣੀਏ ਜਿਵੇਂ ਬਾਬਾ ਨਿਸ਼ਾਨ ਸਿੰਘ ਜੀ ਮਹਾਂਪੁਰਸ਼ ਦੱਸ ਰਹੇ ਸਨ ਵੀ ਗੁਰਪ੍ਰਤਾਪ ਸੂਰਜ ਦੀ ਕਥਾ ਅੰਗਰੇਜ਼ੀ ਵਿੱਚ ਵੀ ਸਿੰਘ ਲਿਖ ਰਹੇ ਨੇ ਤੇ ਉਹ ਕਥਾ ਸਾਰੀ ਨਵੇਂ ਪਾਤਸ਼ਾਹੀ ਵੀ ਸਾਧ ਸੰਗਤ ਦੀ ਨੱਟ ਤੇ ਪਾਈ ਹੋਈ ਹੈ ਉਹ ਕਥਾ ਵੀ ਆਪਾਂ ਸੁਣੀਏ ਗੁਰਪ੍ਰਤਾਪ ਸੂਰਜ ਵਿੱਚੋਂ ਤੇ ਗੁਰੂ ਸਾਹਿਬ ਜੀ ਦੀ ਬਾਣੀ ਵੀ ਪੜੀਏ ਤੇ ਮਹਾਰਾਜ ਦਾ 350 ਸਾਲਾ ਸ਼ੀਦੀ ਦਿਹਾੜਾ ਹਿੰਦੁਸਤਾਨ ਦਾ ਬੱਚਾ ਬੱਚਾ ਕਰਜਾਈ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਆਹ ਦੇਸ਼ ਦੇ ਅੰਦਰ ਆਜ ਸਾਡਾ ਧਰਮ ਕਰਮ ਸਨਾਤਨ ਧਰਮ ਹੈ ਜੈਨ ਧਰਮ ਹੈ ਬੁੱਧ ਧਰਮ ਹੈ ਖਾਲਸਾ ਪੰਥ ਹੈ ਇਹ ਨਜ਼ਰ ਆ ਰਿਹਾ ਹੈ ਨਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਦੌਲਤ ਹੈ ਜੇ ਮਹਾਰਾਜ ਸਾਹਿਬ ਜੀ ਆਪਣੇ ਸੀਸ ਦਾ ਬਲੀਦਾਨ ਨਾ ਦਿੰਦੇ ਤੇ ਆਹ ਦੇਸ਼ ਦਾ ਨਕਸ਼ਾ ਕੀ ਹੋਣਾ ਸੀ ਤੁਸੀਂ ਸਮਝ ਸਕਦੇ ਹੋ ਅੱਜ ਫੇਰ ਉਨਾਵ ਉਪਦੇਸ਼ਾਂ ਨੂੰ ਯਾਦ ਕਰਨ ਦਾ ਸਮਾਂ ਹੈ ਵਿਸ਼ਵ ਸ਼ਾਂਤੀ ਦੇ ਲਈ ਮਹਾਪੁਰਸ਼ ਉਪਕਾਰ ਕਰ ਰਹੇ ਨੇ ਬਹੁਤ ਵੱਡਾ ਮਹਾਰਾਜ ਜਥੇਬੰਦੀ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਦਾਸ ਸਾਰਿਆਂ ਹੀ ਮਹਾਪੁਰਸ਼ਾਂ ਦਾ ਵਰਤਮਾਨ ਮੁਖੀ ਮਹਾਪੁਰਸ਼ ਬਿਰਾਜਮਾਨ ਨੇ ਔਰ ਸਾਰੀਆਂ ਸੰਗਤਾਂ ਸਭ ਦਾ ਧੰਨਵਾਦ ਫਤਿਹ ਅਰਜ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ